ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਰੈਲੀ ਹੋਈ ਹੈ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਵਾਅਦੇ ਜਿਹੜੇ ਪਹਿਲਾਂ ਤੋਂ ਲਗਾਤਾਰ ਚੱਲ ਰਹੇ ਸੀਗੇ, ਹੁਣ ਉਹਨਾਂ ਵਾਅਦਿਆਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਔਰ ਜਿਹੜੇ ਭਾਜਪਾ ਦੇ ਨੁਮਾਇੰਦੇ ਨੇ ਅੱਜ ਇੱਕ ਦੂਜੇ ਦੇ ਨਾਲ ਉਹਨਾਂ ਨੇ ਸਟੇਜ ਸ਼ੇਅਰ ਕੀਤੀ। ਪ੍ਰਧਾਨ ਮੰਤਰੀ ਮੋਦੀ ਨੂੰ ਕਿਰਪਾਨ ਭੇਟ ਕੀਤੀ ਗਈ, ਸਰੋਪਾ ਭੇਟ ਕੀਤਾ ਗਿਆ, ਦਸਤਾਰ ਵੀ ਸਜਾਈ ਗਈ, ਲੇਕਿਨ ਦਸਤਾਰ ਉਹ 15 ਸੈਕਿੰਡ ਤੱਕ ਹੀ ਰੱਖ ਪਾਏ। ਖੈਰ, ਲੇਕਿਨ ਉੱਥੇ ਮੌਜੂਦ ਕਿਸਾਨਾਂ ਨੇ ਇਹ ਜ਼ਰੂਰ ਸਮਝਿਆ ਹੋਏਗਾ, ਅਗਰ ਉਹਨਾਂ ਨੂੰ ਸਮਝ ਆਈ ਹੋਏਗੀ ਕਿ ਜ਼ੁਮਲੇ ਨਾ ਹੋਣ, ਕੰਮ ਹੋਏ। ਇਸ ਵਾਰ 200 ਰੁਪਏ ਪ੍ਰਤੀ ਕੁਇੰਟਲ ਤੁਸੀਂ ਵਧਾ ਦਿੱਤਾ, ਲੇਕਿਨ ਅਜੇ ਤੱਕ ਉਹ ਕਿਸਾਨਾਂ ਦੇ ਕੋਲ ਪਹੁੰਚਿਆ ਨਹੀਂ। ਔਰ ਉਸ ਤੋਂ ਬਾਅਦ ਮੈਂ ਪੰਜਾਬ ਸਰਕਾਰ ਦੀ ਵੀ ਗੱਲ ਕਰਨਾ ਚਾਹਾਂਗਾ। ਪੰਜਾਬ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਕਰਜ਼ ਮਾਫ਼ ਕਰਾਂਗੇ, 5 ਰੁਪਏ, 10 ਰੁਪਏ, 15 ਰੁਪਏ, 20 ਰੁਪਏ ਦੇ ਚੈੱਕ ਉਹਨਾਂ ਦੇ ਕੋਲ ਪਹੁੰਚ ਰਹੇ ਨੇ, ਕੁਝ ਸੋਚ ਲਓ। ਇਹ ਉਹ ਅੰਨਦਾਤਾ ਜੋ ਤੁਹਾਡੇ ਘਰ ਦੇ ਵਿੱਚ ਰਾਸ਼ਨ ਮੁਹੱਈਆ ਕਰਾ ਰਿਹਾ, ਇਹ ਉਹ ਅੰਨਦਾਤਾ ਜਿਹੜਾ ਸਵੇਰੇ ਉੱਠ ਕੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਨਾਸ਼ਤਾ ਕਰਦੇ ਹੋ, ਦੁਪਹਿਰ ਨੂੰ ਲੰਚ ਕਰਦੇ ਹੋ, ਰਾਤ ਨੂੰ ਡਿਨਰ ਕਰਦੇ ਹੋ, ਔਰ ਟੀਵੀ ਦੀ ਡਿਬੇਟਾਂ ਦੇਖ ਕੇ ਇਹ ਕਹਿ ਦਿੰਦੇ ਹੋ ਕਿ ਇਹਨਾਂ ਦਾ ਕੁਝ ਨਹੀਂ ਹੋਏਗਾ, ਜੋ ਹੋ ਰਿਹਾ ਉਹ ਹੋਣ ਦਿਓ। ਇਹ ਗੱਲਾਂ ਨੂੰ ਸਮਝ ਕੇ, ਇਹ ਗੱਲਾਂ ਨੂੰ ਵਿਚਾਰ ਕਰਕੇ ਕੋਈ ਇਹਨਾਂ ਦੇ ਵੱਲ ਵੀ ਦੇਖ ਲਓ, ਕਿਉਂਕਿ ਕਿਸਾਨ ਲਗਾਤਾਰ ਕਹਿ ਰਿਹਾ ਕੋਈ ਮੇਰੀ ਵੀ ਸੁਣ ਲਵੋ। ਹੁਣ ਸਮਾਂ ਤੁਹਾਨੂੰ ਸੁਣਨ ਦਾ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਆਲੇ ਵਾਲੇ ਸਾਹਿਬ, ਮੈਂ ਗੁਰਨਾਮ ਸਿੰਘ ਬੋਲ ਰਿਹਾ ਲੰਡਨ ਤੋਂ। ਗੁਰਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਹਾਂਜੀ, ਹੈਲੋ ਸਾਹਿਬ, ਜੋ ਅੱਜ ਦੀ ਰੈਲੀ ਆ, ਇੱਕ ਸਿਰਫ ਚੋਣ ਸਟੰਟ ਆ ਜੀ, ਜੀ, ਔਰ ਇਹਦਾ ਸਿਹਰਾ ਸਿਰਫ ਅਕਾਲੀਆਂ ਦੇ ਸਿਰ ਸਿਹਰਾ ਬੰਨਣ ਵਾਲੀ ਰੈਲੀ ਆ, ਵੀ ਇਹਨਾਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਜਿਤਾਇਆ ਜਾਵੇ। ਬਾਕੀ 4 ਸਾਲ ਦੇ ਵਿੱਚ ਦੇਖੋ ਇਹਨਾਂ ਕੀ ਹਾਲਤ ਹੈ, ਔਰ ਇਹਨਾਂ ਅਕਾਲੀਆਂ ਦੇ ਪਿਛਲੇ 10 ਸਾਲ ਪਹਿਲਾਂ ਪੰਜਾਬ ਦਾ ਜੋ ਪੱਠਾ ਬਿਠਾਇਆ, ਤੇ ਅਗਲੇ ਜੇ ਅਗਲੀਆਂ ਜੇ ਇਲੈਕਸ਼ਨਾਂ ਇਹਨਾਂ ਨੂੰ ਜੇ ਜਿੱਤਣਗੇ ਤੇ ਤੁਸੀਂ ਦੇਖ ਲਓ ਵੀ ਪੰਜਾਬ ਦਾ ਕੀ ਹਾਲ ਹੋ ਸਕਦਾ। ਚੋਣ ਸਟੰਟ ਵੀ ਕਰੋ, ਮੈਂ ਕਹਿਣਾ ਕਿ ਚੋਣ ਸਟੰਟ ਵੀ ਤੁਸੀਂ ਕਰੋ, ਲੇਕਿਨ ਜ਼ਮੀਨੀ ਪੱਧਰ ਤੇ ਕੁਛ ਨਾ ਕੁਛ ਉਹਨਾਂ ਨੂੰ ਮੁਹੱਈਆ ਤਾਂ ਕਰਾਓ। ਤੁਹਾਡਾ 200 ਰੁਪਏ ਪ੍ਰਤੀ ਕੁਇੰਟਲ ਤੁਹਾਡਾ ਹਜੇ ਪਹੁੰਚਿਆ ਹੈ ਨਹੀਂ ਕਿਸਾਨ ਦੇ ਕੋਲ, ਔਰ ਤੁਸੀਂ ਸਿਰਫ ਐਲਾਨ ਕੀਤਾ, ਔਰ ਜਿਹੜੀ ਪਰਾਲੀ ਉੱਥੇ ਸਾੜੀ ਜਾਂਦੀ ਹੈ ਉਸਦਾ ਵੀ ਤੁਸੀਂ ਕਹਿ ਰਹੇ ਹੋ ਕਿ 50% ਤੁਸੀਂ ਦਿਓਗੇ, ਉਹ ਵੀ ਹਜੇ ਤੱਕ ਨਹੀਂ ਪਹੁੰਚਿਆ। ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੋੜ ਹੈ ਕਿ ਸਾਡੇ ਕਿਸਾਨ ਭਰਾਵਾਂ ਨੂੰ ਵੀ ਸਮਝਣ ਦੀ। ਉਹ ਸਿਰਫ ਉਹ ਸਾਡੇ ਜਿਹੜੇ ਭਰਾ ਨੇ ਨਾ, ਉਹ ਇੰਨੇ ਇਮੋਸ਼ਨਲ ਨੇ, ਅਸੀਂ ਅਗਰ ਉਹਨਾਂ ਨੂੰ ਕੁਛ ਵੀ ਕਹਿ ਦਿੰਦੇ ਹਾਂ ਨਾ, ਉਹ ਮੰਨ ਲੈਂਦੇ ਨੇ, ਔਰ ਉਹ ਮੰਨ ਕੇ ਵਿਸ਼ਵਾਸ ਕਰ ਲੈਂਦੇ ਨੇ, ਜਿੱਦਾਂ ਖਾਮਿਆਜ਼ਾ ਹੁਣ ਪੰਜਾਬ ਨੂੰ ਭੁਗਤਣਾ ਪੈ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸੌਂ ਖਾਧੀ ਸੀਗੀ ਗੁਟਕਾ ਸਾਹਿਬ ਫਗੜ ਕੇ ਕਿ ਮੈਂ ਤੁਹਾਡਾ ਕਰਜ਼ਾ ਮਾਫ਼ ਕਰ ਦੇਵਾਂਗਾ ਸਾਰਾ। ਉਹ ਸਾਡੇ ਇਮੋਸ਼ਨਲ ਕਿਸਾਨ ਭਰਾ ਨੇ। ਮੈਂ ਕੁਝ ਲਿਖਿਆ, ਮੈਂ ਜਦ ਤੁਹਾਡੇ ਸਾਹਮਣੇ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ। ਜਿਹੜੇ ਸਾਡੇ ਭਰਾ ਨੇ ਉਹ ਸਿਰਫ, ਜਿਹੜੇ ਸਾਡੇ ਚੰਦ ਸਿਆਸਤਦਾਨ ਨੇ ਉਹ ਸਿਰਫ ਕਿਸਾਨ ਖੇਡਦੇ ਨੇ ਜਦ ਚੋਣਾਂ ਨਜ਼ਦੀਕ ਆਉਂਦੀਆਂ ਹਨ। ਜੇਕਰ ਕਿਸਾਨ ਕਹਿੰਦਾ ਨਾ ਤੁਹਾਨੂੰ ਕਿਸ ਤੋਂ ਡਰ ਲੱਗ ਰਿਹਾ, ਅਤੇ ਸਾਡਾ ਭਰਾ ਕਹਿੰਦਾ ਕਿਸਾਨ ਭਰਾ ਕਿ ਮੈਨੂੰ ਮੌਸਮ ਦੀ ਮਾਰ ਤੋਂ ਡਰ ਨਹੀਂ ਲੱਗ ਰਿਹਾ, ਮੈਨੂੰ ਚਿੱਟੀ ਮੱਖੀ ਦੀ ਮਾਰ ਤੋਂ ਡਰ ਨਹੀਂ ਲੱਗ ਰਿਹਾ, ਨਾ ਕਿ ਮੈਨੂੰ ਕਰਜ਼ ਤੋਂ ਜਿਹੜਾ ਮਾਰ ਹੈ, ਜਿਹੜੀ ਕਰਜ਼ ਦੇ ਉੱਤੇ ਮੇਰੇ ਇਸ ਟਾਈਮ ਬੋਝ ਹੈ, ਉਸ ਤੋਂ ਮੈਨੂੰ ਡਰ ਨਹੀਂ ਲੱਗ ਰਿਹਾ। ਮੈਨੂੰ ਡਰ ਲੱਗ ਰਿਹਾ ਮੇਰੇ ਪਿੰਡ ਦੇ ਵੱਲ, ਮੇਰੇ ਖੇਤਾਂ ਦੇ ਵੱਲ ਆਉਂਦੀ ਹੋਈ ਸਰਕਾਰੀ ਗਾੜੀ ਤੋਂ ਡਰ ਲੱਗਦਾ। ਅਚਨਚੇਤ ਉੱਡਦੇ ਹੋਏ ਹੈਲੀਕਾਪਟਰ ਜਦ ਸਾਡੇ ਖੇਤਾਂ ਦੇ ਵਿੱਚ ਆ ਕੇ ਲੈਂਡ ਕਰਦੇ ਨੇ, ਜਦ ਆ ਕੇ ਉਹ ਚੋਪਰ ਆ ਕੇ ਸਾਡੇ ਖੇਤਾਂ ਦੇ ਵਿੱਚ ਆਉਂਦਾ, ਉਸ ਤੋਂ ਮੈਨੂੰ ਡਰ ਲੱਗਦਾ। ਜਿਹੜਾ ਸਰਕਾਰੀ ਅਫਸਰ ਮੇਰੇ ਕੋਲ ਆ ਰਿਹਾ ਕਾਗਜ਼ ਲੈ ਕੇ, ਮੈਨੂੰ ਉਸ ਤੋਂ ਡਰ ਲੱਗਦਾ। ਔਰ ਇੱਕਦਮ ਤੁਸੀਂ ਕੁਛ ਵੀ ਐਲਾਨ ਕਰਦੇ ਹੋ ਔਰ ਜਦੋਂ ਮੈਨੂੰ ਨਹੀਂ ਮਿਲਦਾ ਤਾਂ ਮੈਨੂੰ ਉਸ ਤੋਂ ਡਰ ਲੱਗਦਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਪੰਜਾਬ ਦੇ ਵਿੱਚ ਵਸਦਾ ਜਿਹੜਾ ਕਿਸਾਨ ਹੈ ਉਹ ਲਗਾਤਾਰ ਕਹਿੰਦਾ ਹੋਇਆ ਨਜ਼ਰ ਆ ਰਿਹਾ। ਦੇਸ਼ ਦੇ ਵਿੱਚ ਜਦ ਚੋਣਾਂ ਆਉਂਦੀਆਂ ਹਨ ਔਰ ਜਦ ਚੋਣਾਂ ਨਜ਼ਦੀਕ ਆਉਂਦੀਆਂ ਹਨ ਤਾਂ ਸਿਰਫ ਸਿਆਸਤਦਾਨਾਂ ਨੂੰ ਯਾਦ ਆਉਂਦਾ ਕਿ ਹੁਣ ਕਿਸਾਨਾਂ ਦੇ ਵੱਲ ਵੀ ਵੇਖ ਲਵੋ, ਕਿਉਂਕਿ ਸਾਡੇ ਵੋਟ ਬੈਂਕ ਨੇ ਨਾ ਕਿਸਾਨ। ਜੇਕਰ ਅਸੀਂ ਵੋਟ ਲੈਣਾ ਤਾਂ ਸਾਨੂੰ ਫਿਰ ਕਿਸਾਨਾਂ ਦੇ ਵਿੱਚ ਜਾਣਾ ਪਏਗਾ, ਔਰ ਜਦ ਸਾਨੂੰ ਕਿਸਾਨ ਹੀ ਵੋਟ ਨਹੀਂ ਦੇਣਗੇ ਤਾਂ ਅਸੀਂ ਕਿਵੇਂ ਜਿੱਤਾਂਗੇ, ਔਰ ਜੇਕਰ ਅਸੀਂ ਨਹੀਂ ਜਿੱਤਾਂਗੇ ਤਾਂ ਫਿਰ ਅਸੀਂ ਕਿਵੇਂ ਰਾਜ ਸੰਭਾਲਾਂਗੇ, ਕੁਰਸੀ ਸਾਨੂੰ ਕਿਵੇਂ ਮਿਲੇਗੀ, ਅਤੇ ਫਿਰ ਖੇਡਣਾ ਤਾਂ ਪਏਗਾ ਨਾ ਉਹ ਗੇਮ ਜਿਹੜੀ ਹਾਈਡ ਐਂਡ ਸੀਕ ਅਸੀਂ ਖੇਡਦੇ ਹਾਂ। ਉਹ ਤਾਂ ਗੇਮ ਜਿਹੜੀ ਬਹੁਤ ਤੁਸੀਂ ਸੁਣੀ ਹੋਣੀ ਹੈ, ਬੜੀ ਫੇਮਸ ਗੇਮ ਹੈ ਹਾਈਡ ਐਂਡ ਸੀਕ, ਛੁੱਪਾ ਛੁੱਪੀ ਦਾ ਖੇਲ, ਉਹ ਖੇਡਦੇ ਨੇ ਸਿਆਸਤਦਾਨ, ਔਰ ਉਹਨਾਂ ਨੂੰ ਅੱਛਾ ਲੱਗਦਾ ਕਿਉਂਕਿ ਉਹਨਾਂ ਨੂੰ ਵੋਟ ਵੀ ਤਾਂ ਬਟੋਰਨੀ ਹੈ, ਵੋਟ ਅਗਰ ਨਹੀਂ ਬਟੋਰਨਗੇ ਤਾਂ ਫਿਰ ਕਿਵੇਂ ਜਿੱਤਣਗੇ। ਇਸੀ ਮੁਤਲਕ ਤੁਸੀਂ ਕਾਲ ਕਰ ਸਕਦੇ ਹੋ ਔਰ ਹੇਠ ਲਿਖੇ ਨੰਬਰ ਦੇ ਉੱਤੇ ਮੇਰੇ ਨਾਲ ਵਿਚਾਰ ਸਾਂਝਾ ਕਰ ਸਕਦੇ ਹੋ। ਔਰ ਤੁਸੀਂ ਜੇਕਰ ਕਾਲ ਨਹੀਂ ਕਰਨਾ ਚਾਹੁੰਦੇ, ਆਪਣੇ ਨਾਂ ਨੂੰ ਗੁਪਤ ਰੱਖਣਾ ਚਾਹੁੰਦੇ, ਕੋਈ ਗੱਲ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ info@justbroadcasting.com ਦੇ ਉੱਤੇ, harkeerat@justbroadcasting.com ਦੇ ਉੱਤੇ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਔਰ ਆਪਣੀ ਗੱਲ ਤੁਸੀਂ ਇਹ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਲੇਕਿਨ
मैं जरूर तुहानू सुनाना चाहवांगा कि क्योंकि जिहड़े दर्शकां ने इस टाइम हुणे टीवी सैट ऑन कीता है, मैं टैक्नीकल टीम नूं दरख्वास्त करांगा कि जिहड़ा मोदी ने ऐलान की जिहड़े अज वड्डे ऐलान कीते ने मोदी ने ਉਹ ਕਲਿੱਪ ਚਲਾਉਣ, ਉਹ ਦਿਖਾਉਣ ਕਿ ਕਿਹੜੇ ਕਿਹੜੇ ਐਲਾਨ ਇਸ ਸਟੇਜ ਤੋਂ ਹੋਏ ਨੇ। ਅਸੀਂ ਫਿਰ ਜ਼ਰੂਰ ਸਰਕਾਰ ਨੂੰ ਘੇਰਾਂਗੇ ਜੇਕਰ ਉਹਨਾਂ ਦੇ ਐਲਾਨ ਪੂਰੇ ਨਹੀਂ ਹੋਏ ਤੇ। ਮਲੋਟ ਵਿੱਚ ਕਿਸਾਨਾਂ ਨੂੰ ਲੁਭਾਉਣ ਦੇ ਲਈ ਆਏ ਪ੍ਰਧਾਨ ਮੰਤਰੀ ਮੋਦੀ ਨੂੰ ਕਿੰਨੇ ਵੋਟ ਮਿਲਦੇ ਨੇ ਇਹ ਤਾਂ 2019 'ਚ ਹੀ ਪਤਾ ਲੱਗੇਗਾ, ਪਰ ਮਲੋਟ ਦੀ ਧਰਤੀ ਤੇ ਮੋਦੀ ਨੇ ਕਈ ਵੱਡੀਆਂ ਗੱਲਾਂ ਕੀਤੀਆਂ ਨੇ। ਆਓ ਮਾਰਦੇ ਹਾਂ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਾਲੀ ਦੀ ਸਮੱਸਿਆ ਦੇ ਹੱਲ ਲਈ 50 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 900 ਮੰਡੀਆਂ ਨੂੰ ਜੋੜਿਆ ਗਿਆ ਹੈ। ਜਦਕਿ ਫੂਡ ਪ੍ਰੋਸੈਸਿੰਗ ਚ 100% FDI ਦਾ ਪ੍ਰਬੰਧ ਹੈ। PM ਮੋਦੀ ਨੇ ਕਿਹਾ ਕਿ ਮੁਲਕ ਵਿੱਚ ਯੂਰੀਆ ਦੀ ਕਮੀ ਨਹੀਂ ਹੈ, ਕਿਸਾਨ ਹੁਣ ਮੋਬਾਈਲ ਤੇ ਫਸਲ ਵੇਚ ਸਕਦੇ ਨੇ। PM ਮੋਦੀ ਨੇ ਕਿਹਾ ਕਿ ਮਿੱਟੀ ਦੀ ਜਾਂਚ ਤੇ 1200 ਕਰੋੜ ਰੁਪਏ ਖਰਚ ਕੀਤੇ ਗਏ ਨੇ। ਉਹਨਾਂ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਕਾਂਗਰਸ ਨੇ 50 ਤੋਂ 55 ਕਰੋੜ ਰੁਪਏ ਖਰਚ ਕੀਤੇ ਸੀ। ਮਿੱਟੀ ਜਾਂਚ ਲਈ 9000 ਜਾਂਚ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਦਾ ਵਾਅਦਾ ਸਰਕਾਰ ਨੇ ਪੂਰਾ ਕੀਤਾ ਹੈ। ਲਾਗਤ ਤੋਂ 1.5 ਗੁਣਾ ਵੱਧ ਫਸਲ ਦਾ ਮੁੱਲ ਦਿੱਤੇ ਜਾਣ ਦਾ ਦਾਅਵਾ ਵੀ ਕੀਤਾ। ਇਸਦੇ ਨਾਲ ਹੀ PM ਮੋਦੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੇ ਚੈਨ ਨਾਲ ਕਾਂਗਰਸ ਦੀ ਨੀਂਦ ਉੱਡ ਗਈ ਹੈ। ਕਾਂਗਰਸ ਪਾਰਟੀ ਇੱਕ ਪਰਿਵਾਰ ਦੇ ਲਈ ਕੰਮ ਕਰਦੀ ਹੈ ਅਤੇ ਕਾਂਗਰਸ ਨੇ ਕਿਸਾਨਾਂ ਨੂੰ ਕਦੇ ਇੱਜ਼ਤ ਨਹੀਂ ਦਿੱਤੀ। ਕਾਂਗਰਸ ਨੇ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ। ਕਾਂਗਰਸ ਕਿਸਾਨਾਂ ਨੂੰ ਵੋਟ ਬੈਂਕ ਸਮਝਦੀ ਰਹੀ ਹੈ। ਕੁਝ ਵੱਡੀਆਂ ਗੱਲਾਂ ਜਿਹੜੀਆਂ ਪ੍ਰਧਾਨ ਮੰਤਰੀ ਮੋਦੀ ਕਰਦੇ ਹੋਏ ਨਜ਼ਰ ਆਏ ਅੱਜ ਦੀ ਇਸ ਰੈਲੀ ਦੇ ਵਿੱਚ, ਔਰ ਸਿਰਫ ਇਹਨੂੰ ਅਸੀਂ ਜੁਮਲੇਬਾਜ਼ੀ ਸਮਝੀਏ ਕਿ ਵਾਕਈ ਹੀ ਇਹ ਜ਼ਮੀਨੀ ਪੱਧਰ ਤੇ ਕੰਮ ਹੋਣਗੇ ਪ੍ਰਧਾਨ ਮੰਤਰੀ ਮੋਦੀ ਕਰਨਗੇ, ਜਾਂ ਫਿਰ ਸਿਰਫ ਕ੍ਰੈਡਿਟ ਦੀ ਹੋੜ ਦੇ ਵਿੱਚ ਹੀ ਸਰਕਾਰਾਂ ਕੰਮ ਕਰ ਰਹੀਆਂ ਹਨ। ਕਾਲਰਸ ਲਗਾਤਾਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਲੰਡਨ ਤੋਂ ਬੋਲ ਰਿਹਾ ਜੀ। ਜੀ ਕੀ ਕਹਿਣਾ ਚਾਹੋਗੇ? ਹਾਂ, ਮੈਂ ਅੱਗੇ ਵੀ ਪਹਿਲਾਂ ਆਇਆ ਸੀ, ਫਿਰ ਤੁਹਾਡੀ ਬ੍ਰੇਕ ਆ ਗਈ ਸੀ ਤੇ ਮੈਂ ਜਲਦੀ ਜਲਦੀ ਦੱਸਣਾ ਚਾਹਣਾ ਜੀ ਜੀ ਤੇ ਕਿਉਂਕਿ ਮੇਰਾ ਮੈਸੇਜ ਇਹੀ ਆ ਤੇ ਸਾਰੇ ਆਪਣੇ NRI ਭਰਾ ਔਰ ਸਾਰੇ ਪੰਜਾਬ ਦੇ ਬੰਦੇ ਸੁਣ ਲੈਣ, ਇਹ ਮੋਦੀ ਦਾ ਜਿਹੜਾ ਡਰਾਮਾ ਆ ਇਹ ਮੋਦੀ ਅਗਲੇ 5 ਸਾਲਾਂ ਨੂੰ ਹੱਥ ਪਾਉਣਾ ਚਾਹੁੰਦਾ, ਪਰ ਜੇ ਲੋਕ ਸਾਡੇ ਸਮਝਦਾਰ ਹੋਣਗੇ ਤਾਂ ਇਹਨੂੰ ਅਗਰ 5 ਸਾਲ ਦਿੱਤੇ ਤੇ ਅਗਲਾ ਹਾਲ ਵੀ ਇਹ ਸੋਚ ਲੈਣ ਆਪਣੇ ਆਪ ਕੀ ਹੋਣਾ। ਕਿਉਂਕਿ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣੀ ਆ, ਪਰ ਹੋ ਸਕਦਾ ਲੰਬੀ ਨਾ ਹੋਵੇ। ਇੱਕ ਵਾਰੀ ਪੁਰਾਣੀ ਗੱਲ ਆ, ਮੈਂ ਫਵਾੜੇ ਦਾ ਰਹਿਣ ਵਾਲਾ, ਗਿਆਨੀ ਜੈਲ ਸਿੰਘ ਜੀ ਆਏ, ਇਲੈਕਸ਼ਨ ਦਾ ਟਾਈਮ ਸੀ, ਉਹ ਆਏ ਆ ਕੇ ਉਹਨਾਂ ਨੇ ਉੱਥੇ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਇੱਕ ਮਾਤਾ ਦਾ ਬੈਠਕਾ ਗਵਾਚ ਗਿਆ ਸੀ, ਉਹ ਕਦੀ ਮੰਦਿਰ ਜਾਂਦੀ ਸੀ ਉੱਥੇ 10,000 ਦੀ, ਉੱਥੇ 500 ਦੀ ਸੁੱਖਣਾ ਚੁੱਕ ਲਈ, ਗੁਰਦੁਆਰੇ ਗਈ ਉੱਥੇ 300 ਦੀ ਸੁੱਖ ਲਈ, ਏਦਾਂ ਹੀ ਹਰ ਜਗ੍ਹਾ ਦੇਖੀ ਤੇ ਕਹਿੰਦਾ ਮੈਂ ਉਹਨੂੰ ਪੁੱਛ ਲਿਆ ਕਿ ਮਾਤਾ ਜੀ ਤੁਹਾਡਾ ਇਹ ਗੱਲ ਕੀ ਆ, ਤੇ ਮੈਂ ਤੁਹਾਨੂੰ ਉਸ ਮੰਦਿਰ ਦੇਖਿਆ, ਤੁਸੀਂ 500 ਦੀ ਸੁੱਖਣਾ ਚੁੱਕੀ ਤੇ 1,000 ਦੀ ਸੁੱਕੀ, ਮੈਨੂੰ ਦੱਸੋ ਤੁਹਾਡਾ ਬੈਠਕਾ ਕਿੰਨੇ ਕੁ ਦਾ? ਉਹ ਕਹਿਣ ਲੱਗੀ ਕਾਕਾ ਬੈਠਕਾ ਤਾਂ ਮੇਰਾ ਹੈਗਾ ਆ ਕੋਈ 2,000 ਦਾ, ਪਰ ਇਹ ਆ ਕਿ ਇਹ ਮਤਲਬ ਉਹ ਕਹਿੰਦੇ ਮਾਤਾ ਤੇ ਤੂੰ ਸੁੱਖਣਾ ਤਾਂ 2,500 ਦੀਆਂ ਜਾਂ 3,000 ਦੀਆਂ ਸੁੱਖ ਲਈਆਂ। ਉਹ ਕਹਿੰਦੀ ਕਾਕਾ ਮੇਰੀ ਗੱਲ ਸੁਣ, ਇਹ ਇੱਕ ਵਾਰੀ ਸਿੰਘਾਂ ਨੂੰ ਦੱਸਾਂ ਪਹਿਲਾਂ ਨੇ ਇਹ ਸੁੱਖਣਾ ਸੁੱਖਣਾ ਕਿਹਨੇ ਦੇਣੀਆਂ, ਤੇ ਇਹ ਮੋਦੀ ਸਿੰਘਾਂ ਨੂੰ ਸਿਰਫ ਹੁਣ ਇਸ ਵੇਲੇ ਅਗਲੇ 5 ਸਾਲ ਦਾ ਰਸਤਾ ਪਾਉਣ ਲਈ ਤੁਰਿਆ ਆ। ਜੀ 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 ਬਿਲਕੁਲ ਮੈਂ ਤੁਹਾਡੀ ਗੱਲ ਨੂੰ ਸਮਝ ਪਾ ਰਿਹਾ। ਮੈਂ ਮਾਫੀ ਚਾਹਾਂਗਾ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਮੈਂ ਕਾਲ ਲੈ ਲਾਂ ਕਿਉਂਕਿ ਸਮਾਂ ਮੇਰੇ ਕੋਲ ਹੈਗਾ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਨੂੰ ਕਿੱਥੋਂ ਬੋਲ ਰਹੇ ਹੋ? ਹੈਲੋ ਵੀ ਜੀ, ਮੈਂ ਤੁਹਾਡੀ ਪਹਿਲਾਂ ਗੱਲ ਸੁਣਦਿਆਂ ਹੀ ਤੇ ਮੈਂ ਕਹਿੰਦੇ ਨਾ ਮੋਦੀ ਨੂੰ ਰਸਤਾ ਪਾਉਣ ਵਾਲੀ ਦੱਸ ਦੇ ਤੁਹਾਨੂੰ ਕਹਾਵਤ, ਤੇ ਮੈਂ ਉਹ ਵੀ ਸੁਣਦਾ ਵੀਰ ਜੀ। ਮੈਂ ਇਹ ਗੱਲ ਕਹਿੰਦਾ, ਜਿਹੜਾ ਕਹਿੰਦਾ ਮੋਦੀ ਨੂੰ ਕਹਿੰਦੇ ਪਏ ਨਾ ਰਸਤਾ ਪਾਉਣ ਵਾਲੀ ਗੱਲ, ਮੇਰੇ ਵੀਰ ਅੱਗੇ ਪੈ ਗਿਆ ਬਲਕਿ। ਉਹੀ ਉਹੀ ਮੈਂ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਤੁਸੀਂ ਹੁਣ ਸਮਝਦਾਰ ਹੋ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਨੂੰ ਜਾਗਰੂਕ ਕਰੋ, ਐਜੂਕੇਟ ਕਰੋ, ਜਿਹਨੂੰ ਉਹ ਵੋਟ ਪਾਉਣਾ ਚਾਹੁੰਦੇ ਹਨ ਉਹਨਾਂ ਦਾ ਹੱਕ ਹੈ ਵੋਟ ਪਾਉਣ, ਲੇਕਿਨ ਸੋਚ ਸਮਝ ਕੇ ਪਾਉਣ, ਕਿਉਂਕਿ ਆਉਣ ਵਾਲੇ ਸਮੇਂ ਪੰਜਾਬ ਦੇ ਵਿੱਚ ਹੁਣ ਚੋਣਾਂ ਵੀ ਹੋਣੀ ਹੈ, ਲੋਕ ਸਭਾ ਦੀ ਚੋਣਾਂ ਹੋਣੀ ਹੈ, ਅਤੇ ਸੋਚ ਸਮਝ ਕੇ ਪਾਉਣ ਜਿਹਨੂੰ ਪਾਉਣਾ ਚਾਹੁੰਦੇ ਹਨ, ਬਿਲਕੁਲ ਤੋਲ ਲੈਣ, ਨਾਪ ਲੈਣ, ਤੋਲਣ ਕਿ ਬਾਕੀ ਉਹਨਾਂ ਦਾ ਕੈਂਡੀਡੇਟ ਜਿਹੜਾ ਉਹਨਾਂ ਦੇ ਸਟੇਟ ਉਹਨਾਂ ਦੀ ਉਸ ਸੀਟ ਤੋਂ ਖੜ੍ਹਾ ਹੋਇਆ, ਵਾਕਈ ਉਹਦੇ ਵਿੱਚ ਦਮ ਹੈਗਾ, ਕੰਮ ਕਰੇਗਾ ਅੱਗੇ, ਅਤੇ ਜਿਹੜਾ ਕੰਮ ਕਰੇਗਾ ਉਹਨੂੰ ਆਪਣਾ ਵੋਟ ਭੁਗਤਾ ਕੇ ਆਉਣ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ। ਜੇਕਰ ਤੁਸੀਂ ਮੈਨੂੰ ਕੁਝ ਮੇਲ ਕਰਨਾ ਚਾਹੁੰਦੇ ਹੋ ਤਾਂ info@jasbroadcasting.com, ਹਰਕਿਰਤ@jasbroadcasting.com ਦੇ ਉੱਤੇ ਮੇਲ ਕਰਕੇ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।